ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਗੁਰਬਾਣੀ ਦਾ ਫਰਮਾਨ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸਬੁੱਤ ਕਰੇ, ਭਾਵ ਸਤਿਗੁਰ ਦੀਆਂ ਸਾਖੀਆਂ। ਜਿਹੜਾ ਸਿੱਖ ਗੁਰਸਿੱਖ ਪੁੱਤਰ ਸੁਣਦਾ, ਸ਼ਰਵਣ ਕਰਦਾ, ਸਾਖੀਆਂ ਤੋਂ ਸੇਧ ਲੈਂਦਾ ਹੋਇਆ ਉਹਨਾਂ 'ਤੇ ਅਮਲ ਕਰਦਾ, ਅਤੇ ਕਹਿੰਦੇ ਜਿਹੜੇ ਪੁੱਤਰ ਹਨ ਨਾ, ਉਹ ਚੰਗੇ ਪੁੱਤਰ ਬਣ ਜਾਂਦੇ ਹਨ। ਐਸੀਆਂ ਹੀ ਕੁਝ ਸਾਖੀਆਂ ਸੁਣਨ ਵਾਸਤੇ ਅੱਜ ਆਪਾਂ ਪਹੁੰਚ ਗਏ ਹਾਂ ਸਿੱਖ ਮਿਸ਼ਨਰੀ ਕਾਲਜ ਬਰੇਲੀ, ਉੱਤਰ ਪ੍ਰਦੇਸ਼ ਵਿਖੇ। ਉੱਥੋਂ ਦੇ ਮਹਾਨ ਪ੍ਰੋਫੈਸਰ, ਸਿੱਖ ਪੰਥ ਦੇ ਮਹਾਨ ਇਤਿਹਾਸਕਾਰ ਵਿਭਾਗ ਪ੍ਰੋਫੈਸਰ ਕਸ਼ਮੀਰ ਸਿੰਘ ਜੀ, ਜੋ ਕਿ ਬਜ਼ੁਰਗ ਦੀ ਅਵਸਥਾ ਵਿੱਚ ਵੀ, ਜਿਸ ਉਮਰ ਵਿੱਚ ਲੋਕ ਰਿਟਾਇਰਮੈਂਟ ਲੈ ਕੇ ਘਰ ਬੈਠ ਜਾਂਦੇ ਹਨ, ਉਸ ਉਮਰ ਵਿੱਚ ਬੱਚਿਆਂ ਨੂੰ ਆਪਣੀ ਜ਼ਿੰਦਗੀ ਦੇ ਤਜਰਬੇ ਗਿਆਨ ਨੂੰ ਵੰਡਦੇ ਹੋਏ ਗੁਰੂ ਘਰ ਦੇ ਜੋ ਫਰਮਾਨ ਹੈ, ਜਨ ਨਾਨਕ ਧੂੜ ਮੰਗਿਆ ਕਿਸ ਗੁਰਸਿੱਖੀ, ਜੋ ਆਪ ਜਪੈ ਅਵਰਾ ਨਾਮ ਜਪਾਵੇ ਦੇ ਮਹਾਂਵਾਕ ਅਨੁਸਾਰ ਗਿਆਨ ਨੂੰ ਬੱਚੇ ਬੱਚੇ ਦੇ ਹਿਰਦਿਆਂ ਦੇ ਅੰਦਰ ਘਰ ਘਰ ਦੇ ਵਿੱਚ ਉਸ ਗਿਆਨ ਦੇ ਦੀਵੇ ਨੂੰ ਬਾਲ ਰਹੇ। ਆਓ ਬਾਪੂ ਜੀ ਦੇ ਨਾਲ ਫਤਿਹ ਦੀ ਸਾਂਝ ਕਰੀ। ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਆਪ ਜੀ ਦੀ ਦੁਨਿਆਵੀ ਉਮਰ ਕਿਤਨੀ ਹੈ, ਭਾਵ ਕਿਤਨੀ ਉਮਰ ਵਿੱਚ ਆਪ ਜੀ ਸ਼ੁਰੂ ਹੋਏ ਇੱਥੇ ਪ੍ਰਚਾਰ ਕਰਨਾ, ਇਸ ਸਮੇਂ ਆਪ ਜੀ ਦੀ ਉਮਰ ਕਿਤਨੀ ਹੈ? ਮੈਂ ਜੀ ਆਇਆ ਸੀ 2008 ਅਗਸਤ ਮਹੀਨੇ, ਰਜਿਸਟ੍ਰੇਸ਼ਨ ਸ਼ੁਰੂ ਹੋਇਆ ਸੀ, ਅਤੇ ਹੁਣ ਮੇਰੀ ਉਮਰ ਹੋ ਗਈ 76 ਸਾਲ, 9ਵਾਂ ਸਾਲ ਮੇਰਾ ਇੱਥੇ ਸੇਵਾ ਕਰਦੇ ਹਾਂ। ਮੈਂ ਇਤਿਹਾਸ ਦਾ ਲਿਖਿਆ ਕਰਾਂ, ਇਤਿਹਾਸ ਪੜ੍ਹਾਉਣਾ ਚਾਹੁੰਦਾ। ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਵੀ ਜਿਹੜਾ ਬੱਚਾ ਸਿੱਖ ਮਿਸ਼ਨਰੀ ਕਾਲਜ ਦਾਖਲਾ ਲੈਂਦਾ ਹੈ ਉਹ ਬਣ ਕੇ ਜਾਵੇ। ਬਿਲਕੁਲ ਪ੍ਰਚਾਰ ਕੇ ਤਾਂ ਸਭਨੇ ਵਾਲਾ ਤਾਂ ਕੋਈ ਬਣ ਕੇ ਜਾਵੇ, ਤਾਂ ਕਿ ਇਹ ਨਾ ਹੋਵੇ ਪਹਿਲਾਂ ਵੀ ਸਾਡਾ ਬੱਚਾ ਗਿਆ ਸੀ 3 ਸਾਲ ਵੀ ਲਾਏ ਅਤੇ ਬਣਿਆ ਕੋਈ ਨਹੀਂ, ਸਾਡੀ ਆਖਰੀ ਉਮਰ ਇਹ ਕਹਿੰਦੇ ਜੋ ਬੱਚਾ ਉੱਥੇ ਆਉਂਦਾ ਉਹ ਵੀ ਬਾਲ ਉੱਤੇ ਜਾਵੇ ਅਤੇ ਆਪਣੇ ਮਾਪਿਆਂ ਦੀ ਆਸ ਪੂਰੀ। ਬਹੁਤ ਬੜੀ ਸੇਵਾ ਬਾਪੂ ਜੀ ਤੁਹਾਡੀ, ਤੁਹਾਡੀ ਉਮਰ ਵਿੱਚ ਤਾਂ ਸਾਡੇ ਪੰਥ ਦੇ ਆਗੂ, ਬੜੇ ਬੜੇ ਜਥੇਦਾਰ, ਐਡਵੈਂਸ ਰਿਟਾਇਰਮੈਂਟ ਲੈ ਕੇ ਬਸ ਲਿਫਾਫੇ ਇਕੱਠੇ ਕਰਨ ਨੂੰ ਲੱਗ ਜਾਂਦੇ ਹਨ। ਤੁਸੀਂ ਇਸ ਛੋਟੀ ਜਿਹੀ ਤਨਖਾਹ ਦੇ ਵਿੱਚ, ਇਸ ਉਮਰ ਦੇ ਵਿੱਚ ਆਪਣੇ ਪਰਿਵਾਰ ਨੂੰ ਛੱਡਿਆ, ਤੁਹਾਡਾ ਵੀ ਜੀ ਕਰਦਾ ਹੋਵੇਗਾ ਮੈਂ ਪੋਤੀਆਂ ਪੋਤਿਆਂ ਕੋਲ ਬੈਠਾ ਪਰਿਵਾਰ ਵਿੱਚ ਰਹਾਂ, ਸਾਰਾ ਪਰਿਵਾਰ ਛੱਡ ਕੇ ਤੁਸੀਂ ਇਸ ਪੰਥ ਦੀ ਸੇਵਾ ਕਰ ਰਹੇ ਹੋ, ਸਮੁੱਚਾ ਪੰਥ ਤੁਹਾਡਾ ਰਿਣੀ ਹੈ, ਧੰਨਵਾਦੀ ਹੈ। ਬਾਪੂ ਜੀ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਗਤ ਜਲੰਧਰ ਨੂੰ ਤਾਰਦੇ ਹੋਏ 3 ਉਦਾਸੀਆਂ ਕੀਤੀਆਂ, 4th ਜਗਤ ਫੇਰੀ ਕੀਤੀ। ਸਾਰੀ ਉਦਾਸੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਨੇੜਲਾ ਸਾਥੀ ਹੋਇਆ ਭਾਈ ਮਰਦਾਨਾ ਜੀ ਹੋਏ। ਜਦ ਗੁਰੂ ਨਾਨਕ ਦੇਵ ਜੀ ਸੰਸਾਰ ਵਿੱਚ ਆਏ, ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਵਿੱਚ ਲਿਆਉਣ ਵਾਲੀ ਜਿਹੜੀ ਮਹਾਨ ਬੀਬੀ ਹੈ ਉਹ ਹੈ ਬੀਬੀ ਦੌਲਤਾਂ ਦਾਈ। ਬੀਬੀ ਦੌਲਤਾਂ ਦਾਈ ਅਤੇ ਭਾਈ ਮਰਦਾਨਾ ਦਾ ਕੋਈ ਦੁਨਿਆਵੀ ਰਿਸ਼ਤਾ ਹੈ? ਇਹ ਦੁਨਿਆਵੀ ਰਿਸ਼ਤਾ ਜੀ ਮਿਲਦੀ ਹੈ? ਹਾਂ ਮਿਲਦੀ ਇਤਿਹਾਸ ਵਿੱਚ। ਅੱਛਾ ਜੀ, ਉਹਨੂੰ ਧਿਆਨ ਕੰਟਰੋਲ ਕਰੀਏ ਤਾਂ ਪਤਾ ਲੱਗਦਾ ਵੀ ਦੌਲਤਾਂ ਦਾਈ ਦਾ ਜਿਹੜਾ ਪਿਤਾ ਸੀ ਨਾ ਉਹ ਸੀ ਇਕਬਾਲ, ਠੀਕ ਹੈ ਬਾਲ, ਠੀਕ ਹੈ। ਮਰਦਾਨਾ ਜਿਹੜਾ ਪਿਤਾ ਸੀ ਉਹ ਸੀ ਮੀਰ ਬਾਦਲਾ, ਮੀਰ ਬਾਦਲਾ ਅਤੇ ਇਕਬਾਲ ਦੇ ਸੱਕੇ ਭਰਾ। ਦੌਲਤਾਂ ਦਾਈ ਦਾ ਪਿਤਾ ਸੀ ਇਕਬਾਲ, ਮਰਦਾਨੇ ਤਾਏ ਵੀ ਹਨ, ਤਾਏ ਦੀ ਧੀ ਭੈਣ ਸੀ ਦੌਲਤਾਂ ਦਾਈ ਉਹਨਾਂ ਦੀ, ਅਤੇ ਮਰਦਾਨਾ ਜਿਹੜਾ ਸੀ ਦੌਲਤਾਂ ਪਹਿਲੇ ਦਾ ਭਰਾ ਸੀ। ਇਹ ਭੈਣ ਭਰਾ ਦੋਵੇਂ ਵੱਡੇ ਭਾਗਾਂ ਵਾਲੇ ਨੇ ਕਿ ਮਰਦਾਨੇ ਨੇ ਜਿੰਨਾ ਸਮਾਂ 94 ਸਾਲ 53 ਸਾਲ ਰਿਹਾ ਸਰ, ਗੁਰਦਾਨ ਸਾਹਿਬ ਛਵੀ ਕੀਤੀ ਹੈ, ਆਨੰਦ ਮਾਣਿਆ ਸੀ, ਵਿਆਹ ਆਨੰਦ ਮਾਣਿਆ ਉਹਨੇ, ਜਿਹੜਾ ਭੱਗ ਵਾਲਾ ਬੜਾ ਸੰਦਾਰ ਕੋਈ ਹੈ ਨਹੀਂ। ਅਤੇ ਦੌਲਤਾਂ ਦਾਈ ਸਭ ਤੋਂ ਪਹਿਲਾਂ ਦਰਸ਼ਨ ਕਰਨ ਵਾਲੀ ਮਾਤਾ, ਉਹਦੇ ਵਰਗੀ ਭਾਗਾਂ ਦੀ ਮਾਂ ਕੋਈ ਨਹੀਂ। ਇਹ ਦੋਵੇਂ ਭੈਣ ਦਾ ਵੱਡੇ ਭਾਗਾਂ ਦੇ ਇਤਿਹਾਸ ਦੇ ਵਿੱਚ ਹੈਗੇ ਨੇ, ਇਹਨਾਂ ਵਰਗਾ ਭਾਗਾਂ ਬੰਦਾ ਕੋਈ ਹੈ ਨਹੀਂ। ਬਿਲਕੁਲ ਬਿਲਕੁਲ ਬਾਕੀ ਗੁਰੂ ਨਾਨਕ ਦੇਵ ਜੀ ਦਾ ਜਦ ਆਪਾਂ ਇਤਿਹਾਸ ਪੜ੍ਹਦੇ ਹਾਂ, ਗੁਰੂ ਨਾਨਕ ਦੇਵ ਜੀ ਦਾ ਮਾਸੀ ਦਾ ਨਾਮ ਵੀ ਇਤਿਹਾਸ ਚਾਹੁੰਦਾ, ਤਾਂ ਗੁਰੂ ਨਾਨਕ ਦੇਵ ਜੀ ਨਾਨੀ ਜੀ ਦਾ ਨਾਮ ਵੀ ਇਤਿਹਾਸ ਚਾਹੁੰਦਾ। ਥੋੜ੍ਹਾ ਇਸਦੇ ਬਾਰੇ ਦੱਸੋ, ਗੁਰੂ ਨਾਨਕ ਦੇਵ ਜੀ ਨਾਨਕ ਦਾ ਪਰਿਵਾਰ ਹੈ, ਕਿੱਥੋਂ ਦਾ ਰਹਿਣ ਵਾਲਾ ਸੀ, ਅਤੇ ਥੋੜ੍ਹਾ ਇਤਿਹਾਸ ਤੋਂ ਅਣਗੋਲਾ ਜਿਹਾ ਰਹਿ ਗਿਆ ਇਹ ਸਾਰਾ ਜਿਹੜਾ ਚੈਪਟਰ। ਅਸੀਂ ਇਹ ਸੁਣਦੇ ਆ ਰਹੇ ਹਾਂ ਬਾਬੇ ਨਾਨਕ ਨੇ ਰਿੱਠਾ ਮਿੱਠਾ ਕਰ ਲਿਆ, ਬਾਬੇ ਨਾਨਕ ਨੇ ਪੱਥਰ ਰੋਕ ਲਿਆ, ਇਹ ਜਿਹੜੇ ਇਤਿਹਾਸ ਦੀਆਂ ਕੁਝ ਅਣ ਸੁਲਝੀਆਂ ਹੋਈਆਂ ਗੱਲਾਂ ਨੇ, ਕਿਸੇ ਨੂੰ ਕਿਸੇ ਨੂੰ ਪਤਾ ਨਹੀਂ ਹੈ। ਅੱਜ ਤੁਹਾਡੇ ਤੋਂ ਆਪਾਂ ਪੁੱਛਣ ਵਾਸਤੇ ਆਇਆ, ਤੁਸੀਂ ਦੱਸੋ ਗੁਰੂ ਨਾਨਕ ਦੇਵ ਜੀ ਦਾ ਅਸਲ ਦਾਦਕਾ ਪਿੰਡ ਕਿਹੜਾ ਸੀ, ਤਾਂ ਨਾਨਕਾ ਪਿੰਡ ਕਿੱਥੋਂ ਦਾ ਸੀ, ਮਾਸੀ ਕੌਣ ਸੀ, ਨਾਨੀ ਕੌਣ ਸੀ, ਸਾਰੇ ਸਾਡਾ ਨੂੰ ਦੱਸਿਆ ਜਾਵੇ। ਬੜੀ ਚੰਗੀ ਗੱਲ ਹੈ, ਇਤਿਹਾਸਕ ਪੱਖ ਹੈ। ਹਾਂਜੀ ਹਾਂਜੀ, ਆਪਾਂ ਦਾਦਕਿਆਂ ਦੀ ਗੱਲ ਕਰੀਏ
अमृतसर डिस्ट्रिक्ट के तरन तारण अज तरन तारण डिस्ट्रिक्ट है वह तहसील से तरन तारण इतो जामा एक पिंड वाला 10 किलोमीटर से एक पिंड है पछेगंड पछेगंड सोमरी कड़ी बाकी भी चलती है पिंड कड़ी रोड जी पछेगंड भी आती है तो मैं पिछले मार्केट जिले साहब गया बच्चे नाम लाए थे पछेगंड गए उसने प्रचार के सब त्यार दसिया पिंड का पछेगंड का कि मान साहब का दादा पिंड है तो उन्हें मैं पूछा भी प्रदाता जी कहते सन जो प्रचार करता जी उन्होंने मैं नहीं पता मैं उसी राम नारायण जी मैं दादी के बनारसी जी तो उन्हें मेरा सत्कार किया मैं भी अभी ग्रंथ पढ़े ने उन्होंने तक पिंड का पता लगे सन कि पिंड जरा मान साहब के प्रदाता जी उसे तो अभी देखा अगर कि आ गुरु नानक साहब वड्डा जमीन सी इतने खूह सी घर सी तो जो गुरु नानक साहब है उस पिंड उदासी बाणा पा के गए जलों तो उन्हें शरीकों को पता लगा भी ये काउला मुंडा है उन्हें शरीका होने के नाते उन्हें तू इतने की लैना है जमीन लैना है इतने तेरी कोई जमीन है जा गुरु नानक साहब कह रहे सानू जमीन की मतलब ये अपने काम आए हैं सानू जमीन का मतलब नहीं पर उसे जलों उन्हें ज़्यादा आख्या तो गुरु नानक साहब कहते पिंड आवाज सब सेव है ना तुम लड़के भजन यही गल हो गुरु हरगोबिंद साहब बाद जो पिंड चलाया उसका नाम पछेगंड ही है उजेरा साहब कहते वो जगह है जिसे गुरु नानक साहब पिता जी का जन्म हुआ परदादा राम नारायण जी दादा शिव राम जी दादी बनारसी जी पिता दादा काला राम चंद जी चाचा लालू जी उस पिंड के पक्के वसनीक सन गल करिए नानके की तो नानके पिंड जरा उन्होंने पिंड चाह डाक्टर ने बर्ती खाना बर्ती सीर चूनिया जरा लो यह तो डैस जो राम सत्कार जो अति सिवाय रामा जी उन्हें नाना हैं पिछले मामा जी सबराई नानी जी हैं तो लखो मासी जी मैं मासी की गल करते हैं कि भैन भैन मिल जाएं ने माता लखो जी भी माता पेपर मिलना है पुरानी की गल तो जब मेरा दो दिन रहे तो उदो की देखा मैं तो गुरु साहब उदो 7 साल रहे तो कोई आ गया गेट से गुरु नानक साहब सद लिया उन्हें लंगर छकाया उन्होंने पूछा कोई लोड़ है भांडा कपड़ा कोई पैसा ये कोई लोड़ ही पूरी की दो दिन बाद ऐसा होया तो मासी लखो जी अपनी भैन जी को जी गल आखी अभी कह नहीं सकते कह लगता पर मासी की गल आखी रिपीट कर लगा मैं वो कहते पिता जी को भैन जी मुड़ा तुम्हारा समझ लगता है आह गल है गुरु नानक साहब खोल ली कहने मासी जी थोड़ा मुंडा मेरे को भी कमा भाव भी जिनी मेरे श्याम ने कहना उसने वो ना ही रमन राम थमन जी वो कसूर रेंदे सन कसूर तहसील है लाहौर जिले की उत्थे उन्होंने गद्दी चली है सर कबीर साहब चली है बाबे वरीद चली है वो राम थमन की गद्दी चली है उन्होंने बागें की गद्दी गली गद्दी क्या जाता है अब जो लोग आए ना पाकिस्तान में बनया तो वो ये मनते ने कि बागें की गद्दी सी जब मेरे गलबात हुई ना वो कहते ये ही पता गुरु नानक साहब मासी का पुत्र से यह पता गा बागे की गद्दी चली है वो गद्दी जब 8वां अवतार अधिकारी है ना वो बाबा बंदा सिंह पाता दूजा गुरु जी कहता जानकी साहब दूजा राम थम रामदास जी वो ये रमन थम राम थम का 8वां गुरु जी ये डैसी नानकिया का इधर दास कर डैसी जी हर बंदे के तीन रिश्तेदार होंगे दिलावी तौर पर नान दास के सहुरे तो नानके सहुरे ने बताले हम सोहरिया का पिंड जरा बटाला ये बाबा बुढ़ा हाँ का प्रदाता ही हैं राजा दल अच्छा राजा दल से दल राजा तेने बहुत पिंड का माल से अभी लोग जाने विचार करें जो बकरी जाते हैं योजी गल नहीं वो 22 पिंड जन उन्होंने बटाला से बटाला आप बसाए राज दल ने गुरु नानक साहब के प्रदाता जी ने राजा दल वो बटाला बसाए उन्होंने वो बटाले पहला विह गुरु नानक साहब का होया दूसरा गुरु नानक साहब छोटे मोटे लक्ष्मी चंद का होया तीजा गुरु हरगोबिंद साहब बाबे साहब जी का होया गुरु चिट्टे का राम नारायण घर तो चौथा विह शेरे पंजाबी जी पहला विह बटाले होया उस बटाले अज भी गुरु नानक साहब विह का मेला लगता है सितंबर के पहले हफ्ते में तो बड़ा व्डा घर से वह लोग बटाले मैं पढ़ा जो बटाले वो लोग समझते बटाले भी एक बजे भाग गए भागा जो दुनिया का वाली जी शायद बता गए विह गए हैं तो वो अपने भागा समझते बड़ा बंद उत्साह मेला मनाते सितंबर के हर पहले हफ्ते में बाबे का विह करते ये तीन रिश्तेदारियाँ
ਉੱਪਰ ਜਿਹੜੇ ਦਾਦਕੇ ਜਾਂਦੇ ਨੇ, ਕਾਸੀ ਪਾਸੇ ਨਾਨਕੇ ਜਾਂਦੇ ਨੇ, ਸਾਰੀ ਸੜਕ ਦੇ ਸਹੁਰੇ ਜਾਂਦੇ ਨੇ। ਇਹ ਤਿੰਨ ਇਸਤਰੀ ਨੂੰ ਸਾਡੀਆਂ ਜਿਹੜੀਆਂ ਅੱਜ ਸਾਜੀ। ਵਾਹ ਜੀ ਵਾਹ, ਬਾਬੀ ਬਹੁਤ ਹੀ ਖੋਜ ਭਰਪੂਰ ਇਤਿਹਾਸ ਆਪ ਜੀ ਨੇ ਸਾਨੂੰ ਸ਼ਰਵਣ ਕਰਾਇਆ। ਸੋ ਸਾਧ ਸੰਗਤ ਜੀ ਵੇਖੋ, ਸਾਡੇ ਪੰਥ ਜੀ ਕਿਤਨੇ ਮਹਾਨ ਵਿਦਵਾਨ ਹਨ ਜਿਨ੍ਹਾਂ ਨੇ ਜੀਵਨ ਗੁਜ਼ਾਰ ਲਿਆ ਖੋਜਾਂ ਕਰਨ ਦੀ, ਖੋਜਾਂ ਕਰਦੇ ਕਰਦੇ ਜ਼ਿੰਦਗੀ ਨੂੰ ਆਪਣੇ ਧਰਮ ਦੇ ਬੰਨੇ ਲਗਾਇਆ। ਲੋੜ ਹੈ ਐਸੇ ਵਿਦਵਾਨਾਂ ਦਾ ਸਤਿਕਾਰ ਕਰਨ ਦੀ, ਵਿਦਵਾਨਾਂ ਨੂੰ ਸੰਭਾਲਣ ਦੀ, ਐਸੇ ਸਰੋਤਾਂ ਨੂੰ ਇਕੱਠਾ ਕਰਕੇ ਪੰਥ ਦੀ ਚੋਰੀ ਵਿੱਚ ਪਾਉਣ ਦੀ। ਬਾਬੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਆਪ ਜੀ ਨੇ ਆਪਣਾ ਕੀਮਤੀ ਸਮਾਂ ਸਾਨੂੰ ਬਖਸ਼ਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।